ਹੈਲੋ ਐਵਰੀਵਨ, ਮੈਂ ਆਸ਼ੀ ਮਿੱਤਲ ਅਰੋੜਾ ਕਲਾਸਿਸ ਦੇ ਇਸ ਆਨਲਾਈਨ ਪਲੇਟਫਾਰਮ 'ਤੇ ਤੁਹਾਡਾ ਸਵਾਗਤ ਕਰਦਾ ਹਾਂ। ਤਾਂ ਅੱਜ ਦੀ ਇਹ ਵੀਡੀਓ JBT ਵਾਲੇ ਬੱਚਿਆਂ ਦੇ ਲਈ ਖਾਸ ਹੈ, ਕਿਉਂਕਿ ਅੱਜ ਆਪਾਂ ਗੱਲ ਕਰ ਰਹੇ ਹਾਂ JBT ਵਾਲੇ ਬੱਚਿਆਂ ਦੇ ਲਈ ਕੁਛ ਪੋਜ਼ਿਟਿਵ ਇਨਫੋਰਮੇਸ਼ਨ ਅਤੇ ਕੁਛ ਨੈਗੇਟਿਵ ਇਨਫੋਰਮੇਸ਼ਨ। ਤਾਂ ਜਿਹੜੀ ਨੈਗੇਟਿਵ ਇਨਫੋਰਮੇਸ਼ਨ ਹੈ ਉਹ ਕਿਹੜੀ ਹੈ ਕਿ JBT ਦੀਆਂ ਜਿਹੜੇ 293 ਪੋਸਟਾਂ ਸੀਗੀਆਂ, ਠੀਕ ਹੈ ਨਾ, ਜਿਹਦੇ ਲਾਸਟ ਟਾਈਮ JBT ਦੀਆਂ ਪੋਸਟਾਂ ਆਈਆਂ ਸੀ UT ਚੰਡੀਗੜ੍ਹ ਦੇ ਵਿੱਚ, 293 ਪੋਸਟਾਂ ਦੀ ਭਰਤੀ ਰੋਕ ਦਿੱਤੀ ਗਈ ਹੈ, ਖਤਮ ਕਰ ਦਿੱਤੀ ਗਈ ਹੈ। ਅਤੇ ਜਿਹੜੇ ਬੱਚਿਆਂ ਨੇ 293 ਪੋਸਟਾਂ ਦੇ ਲਈ ਫੋਰਮ ਫਿਲ ਕਰ ਦਿੱਤਾ ਸੀਗਾ, ਉਹਨਾਂ ਦੀ ਪੇਮੈਂਟ ਜਿਹੜੀ ਹੈਗੀ ਹੈ ਵਾਪਿਸ ਆ ਜਾਏਗੀ ਉਸੇ ਨੰਬਰ ਦੇ ਉੱਪਰ ਜਿਹੜੇ ਨੰਬਰ, ਜਿਹੜੇ ਗੂਗਲ ਪੇ, ਜਿਹੜੇ ਅਕਾਊਂਟ ਦੇ ਵਿੱਚੋਂ ਉਹਨਾਂ ਨੇ ਡਿਡਕਟ ਕਰਵਾਇਆ ਸੀ। ਤਾਂ ਸਭ ਤੋਂ ਵੱਡੀ ਪਹਿਲਾਂ ਖਬਰ ਇਹ ਆ ਰਹੀ ਹੈ ਕਿ 293 ਪੋਸਟਾਂ ਦੀ ਭਰਤੀ ਰੱਦ ਕਰ ਦਿੱਤੀ ਗਈ ਹੈ। ਕਿਉਂ? ਕਿਉਂਕਿ ਉਹ ਕਹਿ ਰਿਹਾ ਕਿ ਨਵੀਂ ਨੋਟੀਫਿਕੇਸ਼ਨ ਆਏਗੀ, ਨਿਊ ਨੋਟੀਫਿਕੇਸ਼ਨ ਦੁਬਾਰਾ ਕੱਢਾਂਗੇ, ਅਤੇ ਨਿਊ ਨੋਟੀਫਿਕੇਸ਼ਨ ਦੀ ਡੇਟ ਵੀ ਆਲਰੇਡੀ ਉਹਨਾਂ ਨੇ ਦੱਸ ਦਿੱਤੀ ਹੈ, ਤਾਂ ਆਪਾਂ ਨੂੰ ਡੀਮੋਟੀਵੇਟ ਨਹੀਂ ਹੋਣਾ, ਠੀਕ ਹੈ ਨਾ। ਅਤੇ ਸਭ ਤੋਂ ਵਧੀਆ ਗੱਲ ਜਿਹੜੀ ਆਪਾਂ ਨੂੰ ਥੋੜ੍ਹੀ ਜਿਹੜੀ ਆਪਾਂ ਮੋਟੀਵੇਸ਼ਨ ਦਿੰਦੀ ਹੈ ਕਿ ਪਹਿਲਾਂ ਪੋਸਟਾਂ ਕਿੰਨੀਆਂ ਸੀਗੀਆਂ, 293, ਜਿਹਦੇ ਵਿੱਚ ਹੁਣ ਪੋਸਟਾਂ ਵਧਾ ਦਿੱਤੀਆਂ ਗਈਆਂ, ਹੁਣ ਪੋਸਟਾਂ ਕਿੰਨੀਆਂ ਕਰਤੀਆਂ, 103 ਪੋਸਟਾਂ ਵੱਧ ਗਈਆਂ, ਹੁਣ ਜਿਹੜੀਆਂ ਪੋਸਟਾਂ ਰਹਿਣਗੀਆਂ ਉਹ ਕਿੰਨੀਆਂ ਰਹਿਣਗੀਆਂ, 396 ਰਹਿਣਗੀਆਂ, ਜਿਹਦੀ ਫੋਰਮ ਫਿਲਿੰਗ ਸ਼ੁਰੂ ਹੋ ਜਾਏਗੀ ਕਹਿੰਦੇ 24th of January ਤੋਂ, ਜਿਹੜੀ ਲਾਸਟ ਡੇਟ ਰਹੇਗੀ ਤੁਹਾਡੀ 19 February ਰਹੇਗੀ। ਲਾਸਟ ਡੇਟ ਕੀ ਰਹੇਗੀ? 19 February ਰਹੇਗੀ। ਤਾਂ ਇਹਦੇ ਲਈ ਹੁਣ ਪ੍ਰੈਪਰੇਸ਼ਨ ਦੁਬਾਰਾ ਤਿਆਰੀ ਕਰ ਲਓ, ਦੁਬਾਰਾ ਸ਼ੁਰੂ ਕਰ ਲਓ। ਪਲੱਸ ਹੁਣ ਦੇਖੋ, ਇਹ ਵੀ ਇੱਕ ਉਮੀਦ ਲਗਾਈ ਜਾ ਰਹੀ ਹੈ ਕਿ ਸ਼ਾਇਦ ਤੱਕ CTET ਦਾ ਜਿਹੜਾ ਪੇਪਰ ਹੈ, ਦੇਖੋ CTET ਪੇਪਰ ਆਪਾਂ ਨੂੰ ਪਤਾ 21 ਨੂੰ ਹੈ, 21 January, ਤਾਂ ਉਮੀਦ ਹੈ ਕਿ 19 ਤੋਂ ਪਹਿਲਾਂ ਸ਼ਾਇਦ ਆਪਾਂ ਨੂੰ CTET ਦਾ ਜਿਹੜਾ ਹੈਗਾ ਆਪਾਂ ਨੂੰ ਰਿਜ਼ਲਟ ਮਿਲ ਜਾਏ। ਅਤੇ ਜਿਹੜੇ ਬੱਚਿਆਂ ਨੇ ਇਸ ਵਾਰਾ CTET ਪੇਪਰ ਦਿੱਤਾ, ਇਸ ਵਾਰੇ CTET ਪੇਪਰ ਦਿੱਤਾ, ਇਹ ਬੱਚੇ ਵੀ ਸ਼ਾਇਦ ਤੱਕ ਇਸ JBT ਵਾਲੀ ਭਰਤੀ ਦੇ ਵਿੱਚ ਇਨਰੋਲ ਹੋ ਜਾਣ। ਤਾਂ ਯਾਰ, ਜਿਹਨਾਂ ਨੇ CTET ਦਾ ਪੇਪਰ ਭਰਿਆ, ਜਿਹਨਾਂ ਦਾ 21 ਨੂੰ ਪੇਪਰ ਹੈਗਾ, ਅਤੇ ਖਾਸ ਕਰਕੇ PSCTET 1 ਵਾਲੇ, CTET 1 ਵਾਲੇ ਬੱਚੇ ਖਾਸ ਕਰਕੇ ਧਿਆਨ ਦਿਓ, ਵੀ ਪੇਪਰ ਕੱਢ ਲਓ ਯਾਰ, ਪ੍ਰੈਪਰੇਸ਼ਨ ਕਰ ਲਓ, ਕਿਉਂਕਿ ਤੁਸੀਂ ਡਾਇਰੈਕਟ JBT ਦੇ ਫੋਰਮ ਭਰ ਪਾਓਗੇ। ਉਮੀਦ ਹੈ ਕਿ ਤੁਹਾਡਾ ਰਿਜ਼ਲਟ ਉਸ ਤੋਂ ਪਹਿਲਾਂ ਆ ਜਾਏਗਾ, ਜਾਂ 1-2 ਦਿਨ ਐਕਸਟੈਂਡ ਕਰ ਦੇਣਗੇ, ਜਾਂ ਤੁਹਾਡਾ ਰਿਜ਼ਲਟ ਆ ਜਾਏਗਾ, ਅਤੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਐਲੀਜੀਬਲ ਹੋ ਜਾਓਗੇ। ਤਾਂ ਇਹ ਕੁਛ ਚੰਗੀ ਖਬਰ ਵੀ ਆ ਰਹੀ ਹੈ। ਪਲੱਸ ਤੀਸਰੀ ਗੱਲ ਜਿਹੜੀ ਹੈਗੀ ਆ, ਫਿਰ ਆਪਾਂ ਇੱਕ ਨੈਗੇਟਿਵ ਜੀ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ETT ਵਾਲੇ, ਜਿਹੜੇ DLED ਵਾਲੇ, ਜਿਨ੍ਹਾਂ ਨੇ DLED ਕੀਤੀ ਹੋਈ ਹੈ ਜਾਂ ਜਿਨ੍ਹਾਂ ਨੇ ETT ਕੀਤੀ ਹੋਈ ਹੈ, ਸਿਰਫ ਉਹ ਬੱਚੇ ਹੀ ਇਹਨਾਂ ਪੋਸਟਾਂ ਦੇ ਲਈ ਐਲੀਜੀਬਲ ਰਹਿਣਗੇ। ਮਤਲਬ ਜਿਵੇਂ ਪਹਿਲਾਂ ਕਨਫਿਊਜ਼ਨਸ ਆ ਰਹੀਆਂ ਸੀਗੀਆਂ ਕਿ ਬੀਏਡ ਵਾਲੇ ਬੱਚੇ ਇਹ ਫੋਰਮ ਭਰ ਸਕਦੇ ਹੈ ਕਿ ਨਹੀਂ ਭਰ ਸਕਦੇ, ਬੀਏਡ ਵਾਲੇ ਬੱਚੇ ਫੋਰਮ ਭਰਨਗੇ ਕਿ ਨਹੀਂ ਭਰਨਗੇ, ਹੁਣ ਉਹਨਾਂ ਨੇ ਬਿਲਕੁਲ ਕਲੀਅਰ ਕਰਤਾ ਕਿ ਬੀਏਡ ਵਾਲੇ ਬੱਚੇ ਆਵੇਦਨ ਨਹੀਂ ਫਿਲ ਕਰੇਗੇ। ਮਤਲਬ ਉਹ ਫੋਰਮ ਫਿਲਿੰਗ ਨਹੀਂ ਕਰਨਗੇ। ਇਹ ਫੋਰਮ ਸਿਰਫ ਅਤੇ ਸਿਰਫ ਕੌਣ ਫਿਲ ਕਰੇਗਾ? DLED ਵਾਲਾ ਬੱਚਾ ਜਾਂ ਜਿਨ੍ਹਾਂ ਨੇ ETT ਕੀਤੀ ਹੋਈ ਹੈ, ਉਹੀ ਬੱਚੇ ਇਸ ਫੋਰਮ ਨੂੰ ਫਿਲ ਕਰ ਸਕਦੇ ਆ। ਤਾਂ ਆਪਣੀ ਪ੍ਰੈਪਰੇਸ਼ਨ ਜਾਰੀ ਰੱਖੋ ਯਾਰ, ਠੀਕ ਹੈ ਨਾ। ਸਿਲੇਬਸ ਉਹੀ ਰਹੇਗਾ, ਉਹੀ ਕੰਟੈਂਟ ਰਹੇਗਾ, ਉਹੀ ਸਭ ਕੁਝ ਰਹੇਗਾ, ਬਸ ਨਵੀਂ ਇੱਕ ਡੇਟ ਹੋਏਗੀ ਪੇਪਰ ਦੀ, ਅਤੇ ਉਮੀਦ ਹੈ ਕਿ ਪੇਪਰ ਵੀ ਵਿਦਇਨ 2-3 ਮੰਥ, ਠੀਕ ਹੈ, ਜਦੋਂ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਖਤਮ ਹੋ ਜਾਏਗੀ, ਤਾਂ ਉਸ ਤੋਂ 2-3 ਮੰਥ ਦੇ ਵਿਚਕਾਰ ਤੁਹਾਡੇ ਤੋਂ ਪੇਪਰ ਲੈ ਲਿਆ ਜਾਏਗਾ। ਤਾਂ ਯਾਦ ਰੱਖਿਓ ਯਾਰ, ਇਹਦਾ ਬੈਚ ਆਲਰੇਡੀ ਅਰੋੜਾ ਕਲਾਸਿਸ ਆਲਰੇਡੀ ਇੱਕ ਬੈਚ ਲਗਾ ਚੁੱਕਾ ਹੈ, ਨਵਾਂ ਬੈਚ ਵੀ ਜਲਦੀ ਸ਼ੁਰੂ ਕਰਾਂਗੇ, ਤੁਸੀਂ ਇਸੇ ਬੈਚ ਵਿੱਚ ਇਨਰੋਲ ਹੋ ਸਕਦੇ ਹੋ, ਕਿਉਂਕਿ ਇਸੇ ਬੈਚ ਨੂੰ ਹੀ ਨਵੇਂ ਬੈਚ ਦੇ ਵਿੱਚ ਦੁਬਾਰਾ ਲਾਈਵ ਕੀਤਾ ਜਾਏਗਾ। ਦੇਖੋ, ਇੱਥੇ ਤੁਹਾਨੂੰ ਸਿਰਫ ਇੱਥੇ ਇੰਨਾ ਨਹੀਂ, ਤਾਂ ਇੱਕ ਆਫਰ ਵੀ ਦਿੱਤੀ ਜਾ ਰਹੀ ਹੈ ਅਰੋੜਾ ਕਲਾਸਿਸ ਵੱਲੋਂ ਕਿ ਤੁਸੀਂ ਇੱਕ ਕੂਪਨ ਲਗਾ ਸਕਦੇ ਹੋ, AC742। ਜੇ ਤੁਸੀਂ ਕੂਪਨ ਕੋਡ ਲਗਾ ਰਹੇ ਹੋ AC742, ਤਾਂ ਤੁਹਾਨੂੰ ਕਿੰਨਾ ਡਿਸਕਾਊਂਟ ਮਿਲੇਗਾ? 1500 rupees ਦਾ। ਦੇਖੋ, ਬੈਚ ਪਹਿਲਾਂ ਬਹੁਤ ਅਸੀਂ ਸਭ ਤੋਂ ਘੱਟ ਪੈਸਿਆਂ 'ਚ ਬੈਚ ਕਰ ਰਹੇ ਹਾਂ, ਸੇਲ ਕਿੰਨੇ ਦਾ? 2600 ਦਾ। ਪਰ ਹੁਣ ਸਿਰਫ 2600 ਨਹੀਂ ਦੇਣਾ ਤੁਸੀਂ, ਹੁਣ ਤੁਹਾਨੂੰ ਦੇਣਾ ਪਏਗਾ ਜਸਟ ਐਂਡ ਜਸਟ 1100 rupees। ਯਾਦ ਰੱਖਿਓ, ਅਪ ਟੂ 60% ਜਿਹੜੀ ਆਫਰ ਹੈ ਨਾ, ਇਹ ਕੀ ਹੈ? ਅਪ ਟੂ 60%
ਤਾਂ 60% ਤੱਕ ਹੈ, ਜਿਹਦੇ 'ਚ ਮੈਕਸੀਮਮ ਡਿਸਕਾਊਂਟ ਜਿਹੜਾ ਹੈਗਾ ਤੁਹਾਡਾ ਕਿੰਨਾ ਕੀਤਾ ਗਿਆ 1500, ਦੇਖੋ 11 ਸਬਜੈਕਟ ਆਉਣੇ ਆਪਾਂ ਨੂੰ, ਤਾਂ ਇਹਦੀ ਪ੍ਰੈਪਰੇਸ਼ਨ ਤੁਹਾਨੂੰ ਹੁਣੇ ਤੋਂ ਕਰਕੇ ਰੱਖਣੀ ਪਏਗੀ, ਕਿਉਂਕਿ 2 ਮਹੀਨਿਆਂ ਦੇ ਵਿੱਚ 11 ਸਬਜੈਕਟਸ ਨੂੰ ਪੜ੍ਹਨਾ ਬਹੁਤ ਮੁਸ਼ਕਿਲ ਹੈ, ਜਿਹਦੇ ਟੀਚਿੰਗ ਅਪਲੋਡ ਵੀ ਹੈਗਾ, ਜਿਹਦੇ ਵਿੱਚ ਆਪਾਂ ਮੈਥ ਰੀਜ਼ਨਿੰਗ ਦੀ ਗੱਲ ਵੀ ਕਰਦੇ ਹਾਂ, ਜਿਹਦੇ ਵਿੱਚ ਕਰੰਟ ਅਫੇਅਰਸ ਵੀ ਆਉਣਗੇ, ਇੰਗਲਿਸ਼, ਹਿੰਦੀ, ਪੰਜਾਬੀ ਦੀ ਗੱਲ ਵੀ ਕਰਾਂਗੇ, ਇਹ ਸਾਰੇ ਟੋਪਿਕਸ ਨੂੰ ਯਾਰ ਔਨ ਦਾ ਸਪੋਰਟ ਕਰਨਾ ਬੜਾ ਮੁਸ਼ਕਿਲ ਹੈ, ਤਾਂ ਆਪਣੀ ਪ੍ਰੈਪਰੇਸ਼ਨ ਜਮਾ ਨਾ ਛੱਡੋ, ਆਪਣੀ ਇਹ ਇਹ ਨੋਟੀਫਿਕੇਸ਼ਨ ਦੇਖਣ ਤੋਂ ਬਾਅਦ ਕਿ 293 ਪੋਸਟਾਂ ਰੱਦ ਹੋ ਗਈਆਂ, ਹੁਣ ਦੁਬਾਰਾ ਫੋਰਮ ਫਿਲ ਕਰਨੇ ਪੈਣਗੇ, ਇਹਨੂੰ ਦੇਖਦੇ ਹੋਏ ਡੀਮੋਟੀਵੇਟ ਵਾਲਾ ਕੰਸੈਪਟ ਆਪਣੇ ਦਿਮਾਗ 'ਚ ਨਾ ਲੈ ਕੇ ਆਓ, ਕਿਉਂਕਿ ਪੋਸਟਾਂ ਤਾਂ ਬਾਈ ਆਉਣੀ ਹੈ। ਉਹਨਾਂ ਨੇ ਮੈਂਸ਼ਨ ਕਰਤਾ ਕਿ 24 ਜਨਵਰੀ ਤੋਂ ਤੁਹਾਡੀ ਫੋਰਮ ਫਿਲਿੰਗ ਸ਼ੁਰੂ ਹੋ ਜਾਏਗੀ ਦੁਬਾਰਾ ਤੋਂ, ਅਤੇ ਜਿਹੜੇ ਬੱਚਿਆਂ ਨੇ ਪੈਸਾ ਦਿੱਤਾ ਸੀ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਜਿਹੜੇ ਅਕਾਊਂਟ 'ਚ ਤੁਸੀਂ ਪੈਸੇ ਦਿੱਤੇ ਸੀਗੇ ਉਸੇ ਅਕਾਊਂਟ 'ਚ ਪੈਸਾ ਵਾਪਸ ਆ ਜਾਏਗਾ, ਜੇ ਬਾਏ ਚਾਂਸ ਤੁਹਾਡਾ ਪੈਸਾ ਵਾਪਸ ਨਹੀਂ ਆਉਂਦਾ, ਤੁਹਾਡੀ ਰਜਿਸਟ੍ਰੇਸ਼ਨ ਜਿਹੜੀ ਫੀਸ ਭਰੀ ਹੈ ਉਹ ਵਾਪਸ ਨਹੀਂ ਆਉਂਦੀ, ਤਾਂ ਤੁਸੀਂ ਇਹਨਾਂ ਦੀ ਅਫੀਸ਼ੀਅਲ ਸਾਈਟ ਨੂੰ ਮੇਲ ਕਰ ਸਕਦੇ ਹੋ, ਮੈਸੇਜ ਪਾ ਸਕਦੇ ਹੋ, ਜਿਹਦੇ ਰਾਹੀਂ ਤੁਹਾਨੂੰ ਤੁਹਾਡਾ ਪੈਸਾ ਮਿਲੇਗਾ, ਮਤਲਬ ਇਹ ਪੈਸਾ ਬਿਲਕੁਲ ਸੇਫ ਰਹੇਗਾ। ਤਾਂ ਆਪਾਂ ਇਸ ਭਰਤੀ ਦੀ ਰੱਦ ਨੂੰ ਨੈਗੇਟਿਵ ਫੋਰਮ 'ਚ ਨਹੀਂ ਲੈਂਦੇ, ਠੀਕ ਹੈ ਕਿ ਬੱਚਿਆਂ ਨੇ ਪ੍ਰਿਪੇਅਰ ਕੀਤਾ ਸੀ, ਬੱਚੇ ਤਿਆਰ ਸੀਗੇ ਪੇਪਰ ਦੇ ਲਈ, ਪਰ ਹੁਣ ਆਪਾਂ ਇਹਦੇ ਵਿੱਚ ਕੁਝ ਪੋਜ਼ਿਟਿਵਿਟੀ ਦੇਖਦੇ ਪਏ ਹਾਂ ਕਿ ਪੋਸਟਾਂ 396 ਹੋ ਗਈਆਂ, ਪਲੱਸ ਹੁਣ ਆਪਾਂ ਨੂੰ ਪ੍ਰਿਪੇਅਰ ਕਰਨ ਨੂੰ ਟਾਈਮ ਮਿਲ ਗਿਆ, ਪਲੱਸ ਇਸ ਵਾਰ ਜਿਹੜੇ ਹੈਗੇ ਆ ਸੀਟੈਟ ਵਾਲੇ ਬੱਚੇ, ਤਾਂ ਹੁਣ ਕੰਪੀਟੀਸ਼ਨ ਬਾਈ ਹਾਰਡ ਹੋਣ ਵਾਲਾ ਹੈ, ਕਿਉਂ? ਕਿਉਂਕਿ ਉਮੀਦ ਹੈ ਕਿ ਇਸ ਵਾਰ ਸੀਟੈਟ ਵਾਲੇ ਬੱਚਿਆਂ ਨੂੰ ਵੀ ਇਹਨਾਂ ਪੋਸਟਾਂ ਦੇ ਵਿੱਚ ਐਡ ਕਰ ਲਿਆ ਜਾਏਗਾ। ਤਾਂ ਹੁਣ ਆਪਣੀ ਪ੍ਰੈਪਰੇਸ਼ਨ ਦੇ ਲਈ ਜਲਦੀ ਜਲਦੀ ਅਰੋੜਾ ਕਲਾਸਿਸ ਨਾਲ ਜੁੜੋ, ਅਰੋੜਾ ਕਲਾਸਿਸ ਦਾ ਟੀਚਿੰਗ ਚੈਨਲ ਨੂੰ ਸਬਸਕ੍ਰਾਈਬ ਕਰੋ, ਉੱਥੇ ਹਰ ਤਰ੍ਹਾਂ ਦੇ ਲੈਕਚਰਸ ਤੁਹਾਨੂੰ ਪ੍ਰੋਵਾਈਡ ਕੀਤੇ ਜਾ ਰਹੇ ਨੇ, ਫ੍ਰੀ ਆਫ ਕੋਸਟ ਕਾਫੀ ਵੀਡੀਓਜ਼ ਤੁਹਾਨੂੰ ਜਿਹੜੀਆਂ ਹੈਗੀਆਂ ਪ੍ਰੋਵਾਈਡ ਕੀਤੇ ਜਾ ਰਹੇ ਨੇ, MCQs ਦੇ ਪ੍ਰੋਪਰ ਸੈਸ਼ਨ ਜਿਹੜੇ ਹੈਗੇ ਆ ਇਹਦੇ ਨਾਲ ਰਿਲੇਟਡ ਲੱਗ ਰਹੇ ਹੈ, ਪਲੱਸ ਪੂਰੀ ਡਿਟੇਲ ਦੇ ਵਿੱਚ ਕੁਝ ਕਨਸੈਪਟਸ ਵੀ ਤੁਹਾਨੂੰ YouTube ਦੇ ਰਾਹੀਂ ਕਰਵਾਏ ਜਾ ਰਹੇ ਨੇ। ਤਾਂ ਯਾਰ ਇੱਕ ਵਾਰ ਵਿਜ਼ਿਟ ਜ਼ਰੂਰ ਕਰਕੇ ਦੇਖੋ, ਇੱਕ ਵਾਰ ਲੈਕਚਰ ਜ਼ਰੂਰ ਲਗਾ ਕੇ ਦੇਖੋ ਕਿ ਹੋ ਸਕਦਾ ਹੈ ਤੁਹਾਡਾ ਇਹ JBT ਦਾ ਟੀਚਰ ਬਣਨ ਦਾ ਸੁਪਨਾ ਜਲਦੀ ਸਾਕਾਰ ਹੋ ਜਾਏ, ਜਲਦੀ ਤੁਸੀਂ ਜਿਹੜੇ ਹੈਗੇ ਆ JBT ਬੇਸ 'ਤੇ ਸਰਕਾਰੀ ਨੌਕਰੀ ਪ੍ਰਾਪਤ ਕਰ ਸਕੋ। ਧੰਨਵਾਦ।